ਜੇਕਰ ਗੱਡੀ ਚਲਾਉਂਦਿਆਂ ਸਮੇਂ ਗੱਡੀ ਤੇ ਘੱਟ ਧਿਆਨ ਤੇ ਸੜਕ ਤੇ ਜਾਂਦੀਆਂ ਕੁੜੀਆਂ ਤੇ ਤੁਹਾਡਾ ਜ਼ਿਆਦਾ ਧਿਆਨ ਆ ਤਾਂ ਤੁਸੀਂ ਠਰਕੀ ਹੋ। ਜੇਕਰ ਤੁਹਾਡੀ ਸਹੇਲੀ ਹੋਣ ਦੇ ਬਾਵਜੂਦ ਵੀ ਤੁਸੀਂ ਦੂਜੀ ਕੁੜੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਤੁਸੀਂ ਠਰਕੀ ਹੋ। ਜੇਕਰ ਕੁੜੀ ਤੁਹਾਨੂੰ ਧੋਖਾ ਦੇ ਗਈ ਆ ਤਾਂ ਵੀ ਤੁਸੀਂ ਉਹਦਾ ਰੀਚਾਰਜ ਕਰਾਉਂਦੇ ਤੇ ਸਾਵਧਾਨ, ਤੁਸੀਂ ਠਰਕੀ ਹੋ। ਕਲਾਸ ਵਿੱਚ ਮੈਥ ਦੇ ਸਵਾਲਾਂ ਤੋਂ ਜ਼ਿਆਦਾ ਇਹ ਪਤਾ ਹੋਣਾ ਆਹ ਕੁੜੀ ਦੀ ਉਹਦੇ ਨਾਲ ਗੱਲ ਆ, ਆਹ ਸਿੰਗਲ ਆ ਉਹ ਨਹੀਂ, ਫਿਰ ਤੁਸੀਂ ਬਹੁਤ ਹੀ ਵੱਡੇ ਠਰਕੀ ਹੋ। ਜੇਕਰ ਇਹ ਤੁਹਾਡੇ ਤੀਕਰ ਰੀਲ ਕਿਸੇ ਦੁਆਰਾ ਸ਼ੇਅਰ ਹੋ ਕੇ ਪਹੁੰਚ ਚੁੱਕੀ ਆ ਫਿਰ ਤਾਂ ਤੁਸੀਂ ਉੱਚ ਕੋਟੀ ਦੇ ਠਰਕੀ ਹੋ। Oh, my God.